Jimmy, do you ਜਿਹੜੇ ਸਾਡੇ ਬੱਚਾ ਓਲੰਪਿਕ ਦੇ ਵਿੱਚ ਸਿਲੈਕਸ਼ਨ ਹੋਈ ਹੈ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਆਪਣੇ ਸ਼ਹਿਰ ਵਾਸਤੇ ਪੰਜਾਬ ਵਾਸਤੇ ਇਹਨੂੰ ਆਪਣਾ ਬਾਹਰ ਨੌਕਰੀ ਵਾਸਤੇ ਧੱਕੇ ਖਾਣੇ ਪੈਂਦੇ ਆ ਇਹਨੂੰ ਪੰਜਾਬ ਗੌਰਮੈਂਟ ਨੂੰ ਚਾਹੀਦਾ ਇਸ ਬੱਚੇ ਨੂੰ ਜਿਹੜਾ ਟਜਰਬ ਹੈ ਇਹਦਾ ਨੌਕਰੀ ਦਾ ਇਹਦਾ ਇੱਥੇ ਐਡਜਸਟ ਹੋ ਇਸ ਮੌਕੇ ਰੁਪਿੰਦਰ ਦੇ ਮਾਮੇ ਦਾ ਕਹਿਣਾ ਸੀ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਉਸਦਾ ਭਾਂਜਾ ਟੀਮ ਇੰਡੀਆ ਵੱਲੋਂ ਰੀਓ ਓਲੰਪਿਕ ਵਿੱਚ ਖੇਡਣ ਜਾ ਰਿਹਾ ਹੈ ਦਾ ਮਾਮਾ ਜੀ ਹੈ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡਾ ਬੱਚਾ ਅੱਜ ਰੀਓ ਨੂੰ ਰਵਾਨਾ ਹੋ ਚੁੱਕਾ ਹੈ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਮਾਣ ਹੈ ਕਿ ਸਾਡਾ ਬੱਚਾ ਇੰਨੀ ਉਚਾਈਆਂ 'ਤੇ ਪਹੁੰਚ ਚੁੱਕਿਆ ਹੈਗਾ ਪਰ ਸਾਨੂੰ ਇਸ ਸਰਕਾਰ ਨਾਲ ਥੋੜ੍ਹਾ ਜਿਹਾ ਖਫਾ ਵੀ ਹੈ ਵੀ ਕਿ ਉਹ ਸਾਡੇ ਬੱਚੇ ਤਿੰਨ ਮੈਡਲ ਲੈ ਕੇ ਵੀ ਉਹਨੂੰ ਪੰਜਾਬ ਸਰਕਾਰ ਨੇ ਅਜੇ ਤੱਕ ਆਪਣੇ ਪੰਜਾਬ ਦੇ ਵਿੱਚ ਕੋਈ ਜੋਬ ਨਹੀਂ ਦਿੱਤੀ ਜਦਕਿ ਉਹ ਡਿਜ਼ਰਵ ਕਰਦਾ ਵੀ ਹਾਂ ਜਦੋਂ ਉਹ ਸਾਡੇ ਕੋਲ ਪੀ ਜੀ ਚੌਥੀ ਤੋਂ ਚੌਥੀ ਕਲਾਸ ਤੋਂ ਸ਼ੁਰੂ ਹੋ ਗਿਆ ਸੀਗਾ ਖੇਡਣਾ ਪੜ੍ਹਨਾ ਸਾਡੇ ਨਾਲ ਉਹ ਅਤੇ 3-4 ਸਾਲ ਸਾਡੇ ਕੋਲ ਉਹਨੇ ਇੱਥੇ ਸਾਡੇ ਬਰਜਿੰਦਰਾ ਕਾਲਜ ਦੀ ਹਾਕੀ ਗਰਾਊਂਡ ਦੇ ਵਿੱਚ ਲਾਏ ਉਸ ਤੋਂ ਬਾਅਦ ਉਹ ਇੰਨਾ ਅੱਛਾ ਅਤੇ ਮਿਹਨਤੀ ਬੱਚਾ ਸੀ ਅਤੇ ਉਸ ਵੇਲੇ 42 ਸੈਕਟਰ ਤੋਂ ਸਾਡੇ ਕੋਲ ਹਾਕੀ ਅਕੈਡਮੀ ਚੰਡੀਗੜ੍ਹ ਦੇ ਕੋਚ ਆਏ ਸਰਦਾਰ ਜਸਜੀਤ ਸਿੰਘ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਹ ਬੱਚਾ ਸਾਨੂੰ ਦਿਓ ਅਤੇ 3 ਬੱਚੇ ਸਾਡੇ ਉਹ ਇੱਥੋਂ ਸਿਲੈਕਟ ਕਰਕੇ ਲੈ ਕੇ ਗਏ ਜਿਹਨਾਂ 'ਚੋਂ ਰੁਪਿੰਦਰ ਪਾਲ ਜਿਹੜਾ ਉਹ ਸਭ ਤੋਂ ਸ਼ਾਈਨਿੰਗ ਸੀ ਦੂਸਰੇ ਦੋਨੋਂ ਲੜਕੇ ਵੀ ਨੈਸ਼ਨਲ ਤੱਕ ਗਏ ਲੇਕਿਨ ਇਸ ਨੇ ਫਰੀਦਕੋਟ ਦਾ ਨਾਂ ਜਿਹੜਾ ਹੈਗਾ ਉਹ ਸਾਰੀ ਦੁਨੀਆ ਦੇ ਨਕਸ਼ੇ ਦੇ ਉੱਤੇ ਬੜਾ ਵਧੀਆ ਲੈ ਕੇ ਆਉਂਦਾ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ